मोगा में देर रात ट्रैक्टर ट्रॉली और घोड़ा ट्रॉली के बीच में टक्कर हो गई। हादसे में ट्रैक्टर ड्राइवर और घोड़ा ट्रॉली का कंडक्टर घायल हो गया है। बताया जा रहा है कि मोगा के कोटकपुरा बाईपास के ब्रिज पर एक ट्रैक्टर ट्रॉली रेत लेकर पुल के ऊपर से गुजर रही थी, तभी पीछे से आ रहा घोड़ा ट्रॉला टकरा गया। ट्रैक्टर चालक उछलकर पुल से नीचे गिर गया है, जिसके कारण उसको कई गंभीर चोटें लगी है। वहीं घोड़ा ट्रॉला चालक ट्रक के केबिन में फंस गया था, जिसे कड़ी मशक्कत के बाद निकाला गया है। की नाम है भाई? मेरा नाम मनदीप कुमार है जी। कितों दे रहना भाई? गुरूर साहिब जी। ते आज कितना एक्सीडेंट होया था? ਤੋਂਦ ਦੇ ਕਾਰਨ ਜੀ। ਕੀ 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 ਚਲਾ ਰਹੇ ਸੀ ਤੁਸੀਂ? ਮੈਂ ਕੈਂਟਰ ਚਲਾ ਰਿਹਾ ਸੀਗਾ ਜੀ। ਤੇ ਕਿਵੇਂ ਹੋਇਆ, ਕਿਵੇਂ ਹੈ? ਅੱਗੇ ਘੋੜਾ ਰਾਤ ਦਾ ਵੱਜਿਆ ਖੜਾ ਸੀ ਟਰੈਕਟਰ 'ਚ ਜੀ, ਉਹਨਾਂ ਨੇ ਕੋਈ ਮਗਰ ਕੁਛ ਨਹੀਂ ਸਿੱਟਿਆ ਵੀ ਜਿਹੜਾ ਪਤਾ ਲੱਗ ਜਾਵੇ, ਜੱਕਦਮ ਮੌਕੇ 'ਤੇ ਜਾ ਕੇ ਪਤਾ ਲੱਗਿਆ। ਤੇ ਕੱਲ੍ਹ ਰਾਤ ਦਾ ਵੱਜਿਆ ਹੋਇਆ ਸੀਗਾ? ਉਹ ਰਾਤ ਦਾ ਵੱਜਿਆ ਹੋਇਆ ਸੀ, ਪੁਲਿਸ ਦੀ ਨਿਗਰਾਨੀ ਕਰਕੇ ਚੱਕਿਆ ਨਹੀਂ ਗਿਆ, ਕਿਸੇ ਨੇ ਚੱਕਿਆ ਹੀ ਨਹੀਂ ਗਿਆ। ਦੇਖ ਲਓ, ਸਾਈਡ 'ਤੇ ਨਹੀਂ ਕੀਤਾ? ਨਾ ਹੀ ਕੋਈ ਸਾਈਡ 'ਤੇ ਨਹੀਂ ਕੀਤਾ, ਉਹਨਾਂ ਦੀ ਵਜ੍ਹਾ ਕਰਕੇ ਅੱਜ ਇੱਥੇ ਪਏ ਹਾਂ। ਸਮਾਜ ਸੇਵਾ ਸੁਸਾਇਟੀ ਅਗੇਕੜ ਮੁੱਦਾ 24 ਘੰਟੇ ਸੇਵਾ ਨੂੰ ਸਮਰਪਿਤ ਆ, ਜਿੱਥੇ ਕਿ ਅੱਜ ਕੋਟਕਪੂਰਾ ਬਾਈਪਾਸ ਨੇੜੇ ਰੇਲਵੇ ਬ੍ਰਿਜ ਦੇ ਉੱਪਰ ਜੋ ਰੇਤਾ ਨਾਲ ਭਰਿਆ ਟਰਾਲਾ ਪੁਲ ਨੂੰ ਕ੍ਰੋਸ ਕਰ ਰਿਹਾ ਸੀਗਾ, ਜਿਹਦੇ ਕਿ ਪਿੱਛੋਂ ਓਵਰ ਸਪੀਡ ਕਹਿ ਲਓ ਜਾਂ ਕਿਸ ਤਰ੍ਹਾਂ ਦਾ ਵੀ ਜਿਹੜਾ ਹੋਇਆ, ਅਤੇ ਵੀਰ ਨੇ ਟਰਾਲੇ ਵਾਲੇ ਨੂੰ ਲਿਆ ਕੇ ਪਿੱਛੇ ਟਰਾਲੀ ਦੇ ਪਿੱਛੇ ਮਾਰਿਆ, ਜਿਸ ਦੇ ਨਾਲ ਕੀ ਕਹੀਏ ਵੀ ਜਿਹੜਾ ਟਰੈਕਟਰ ਚਾਲਕ ਸੀਗਾ ਪੁਲ ਤੋਂ ਥੱਲੇ ਡਿੱਗ ਪਿਆ ਅਤੇ ਗੰਭੀਰ ਸੱਟਾਂ ਲੱਗੀਆਂ, ਅਤੇ ਉਸ ਨੂੰ ਵੀ ਸਿਵਲ ਹਾਲਾਤਾਂ ਦਾ